ਹੋਣਗੇ ਪਹਿਲ ਦੇ ਆਧਾਰ 'ਤੇ ਉਹ ਕੀਤੇ ਜਾਣਗੇ। ਅਸੀਂ ਸਾਰੇ ਲੋਕਾਂ ਦਾ ਕਾਂਗਰਸ ਪਾਰਟੀ ਵੱਲੋਂ ਭੈਣ ਨਜ਼ੀਆ ਸੁਲਤਾਨਾ ਵੱਲੋਂ ਅਸ਼ਰਫ ਅਬਦੁੱਲਾ ਵੱਲੋਂ ਸਾਰਿਆਂ ਦੇ ਬਹੁਤ ਜ਼ਿਆਦਾ ਮਸ਼ਹੂਰ ਹਾਂ। ਜਿਨ੍ਹਾਂ ਨੇ ਵੋਟਾਂ ਪਾਈਆਂ ਨੇ, ਜਿਨ੍ਹਾਂ ਨੇ ਨਹੀਂ ਵੀ ਪਾਈਆਂ ਹਨ, ਉਹ ਵੀ ਸਾਡੇ ਮੁਹੱਲੇ ਦੇ ਹਨ। ਅਸੀਂ ਉਹਨਾਂ ਦਾ ਵੀ ਹਮੇਸ਼ਾ ਉਹਨਾਂ ਦੇ ਕੰਮ ਕਰਾਂਗੇ ਔਰ ਉਹਨਾਂ ਦੇ ਨਾਲ ਰਹਾਂਗੇ। ਅਸੀਂ ਅੱਜ ਤੋਂ ਬਾਅਦ ਇਹ ਹੈ ਕਿਸੇ ਨੇ ਵੋਟਾਂ ਪਾਈਆਂ ਜਾਂ ਨਹੀਂ ਪਾਈਆਂ, ਸਾਰੇ ਸਾਡੇ ਆਪਣੇ ਨੇ, ਸਾਰੇ ਸਾਡੇ ਆਪਣੇ ਵਾਰਦੇ ਨੇ। ਅਸੀਂ ਸਾਰਿਆਂ ਦੇ ਬਹੁਤ ਜ਼ਿਆਦਾ ਖੁਸ਼ ਅਤੇ ਸ਼ੁਕਰ ਅਦਾ ਕਰਦੇ ਹਾਂ ਰੱਬ ਦਾ ਵੀ ਅਤੇ ਸਾਰੇ ਲੋਕਾਂ ਦਾ, ਅਤੇ ਆਉਣ ਵਾਲੇ ਟਾਈਮ ਦੇ ਵਿੱਚ ਅਸੀਂ ਵੱਧ ਤੋਂ ਵੱਧ ਜ਼ਿਆਦਾ ਤੋਂ ਜ਼ਿਆਦਾ ਇਸ ਵਾਰ ਦੇ ਕੰਮ ਪਹਿਲ ਦੇ ਆਧਾਰ 'ਤੇ ਕਰਵਾਉਣ ਦੀ ਅਸੀਂ ਜਾਣੀ ਕਰਾਂਗੇ। ਸਾਡੇ ਵਾਰਦੇ ਜਿਹੜੇ ਨੁਮਾਇੰਦੇ ਆ ਉਹਨਾਂ ਨਾਲ ਫੋਨ ਕਰਾਂਗੇ। ਤੁਸੀਂ ਖੁਸ਼ੀ ਜਿੱਤ ਕੇ ਤੁਸੀਂ ਕੀ ਮਹਿਸੂਸ ਕਰ ਰਹੇ ਹੋ? ਇਹ ਜਿੱਤ ਦਾ ਸਿਹਰਾ ਜਿਹੜਾ ਮੇਰੇ ਵੱਲੋਂ ਅੱਜ ਹੀ ਮੇਰੇ ਅੱਬਾ ਜੀ ਨੂੰ ਦੇ ਰਹੇ ਹਾਂ, ਅਤੇ ਜੋ ਨਾਲ ਵੋਟਰ ਸਪੋਰਟ ਦਾ ਸ਼ੁਕਰੀਆ ਅਦਾ ਕਰਦਾ ਸਾਰੇ ਵੋਟਰਾਂ ਦਾ, ਸਾਰਾ ਔਰ ਸਾਰਾ ਮਲੇਰਕੋਟਲਾ ਹਾਊਸ ਦੀ ਇਹ ਜਿੱਤ ਹੈ। ਮਲੇਰਕੋਟਲਾ ਹਾਊਸ ਦਾ ਸਾਰਾ ਤਾਲੁਕ ਸਾਥ ਰਿਹਾ, ਮਲੇਰਕੋਟਲਾ ਹਾਊਸ ਦੀ ਜਿੱਤ ਹੋਈ। ਹੋਰ ਕੀ ਮੈਸੇਜ ਦਊਂਗੇ ਲੋਕਾਂ ਤੁਸੀਂ? ਸ਼ੁਕਰੀਆ। ਬਾਕੀ ਜੋ ਅਧੂਰੇ ਕੰਮ ਵਾਰਡ ਦੇ ਰਹਿੰਦੇ ਨੇ ਉਹ ਸਾਰੇ ਮਿਲ ਜੁਲ ਕੇ ਸਾਰੇ ਇਲਾਕੇ ਦੇ ਕੰਮ